ਮੈਂ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ, ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਉੱਥੇ ਮੱਥਾ ਟੇਕੂੰਗਾ। ਉਸ ਦਲ ਪੰਥ, ਉਸ ਜਥੇਦਾਰ ਦੇ ਸਾਹਮਣੇ ਸਿਰ ਵੱਢ ਕੇ ਹਾਜ਼ਰ ਕਰ ਦਿਆਂਗੇ ਜਿਹੜਾ ਆਪਦੇ ਇਤਿਹਾਸ ਨੂੰ ਦਹਰਾਊਗਾ। ਬੁੱਢੇ ਦਲ ਦੀ ਗੱਲ ਕੀਤੀ, ਉਹਨੇ ਜੈੱਡ ਪਲੱਸ ਸਿਕਿਉਰਿਟੀ ਲਈ ਫਿਰਦੇ ਆ, ਹਾਲਾਂਕਿ ਅਸੀਂ ਉਸ ਨੂੰ ਜਥੇਦਾਰ ਬੁੱਢੇ ਦਲ ਦਾ ਨਹੀਂ ਮੰਨਦੇ, ਕਾਗਜ਼ਾਂ ਚੋਂ ਬਣਿਆ ਫਿਰੇ। ਉਹਨਾਂ ਨੇ ਇੰਨੇ ਕੁ ਬੰਦੇ ਕਤਲ ਕਰਤੇ, ਮੈਨੂੰ ਕਿੱਥੇ ਛੱਡਣਗੇ, ਪਰ ਮੈਂ ਬੋਲੂੰਗਾ। ਗੁਨਾਹਗਾਰ ਉਹ ਆ ਜਿਹਨੂੰ ਸੱਚ ਪਤਾ ਹੋਵੇ, ਬੋਲਦਾ ਹੀ ਨਹੀਂ। ਸੰਪਰਦਾਵਾਂ ਕਿੰਨੀਆਂ ਤੁਰੀਆਂ ਉਸ ਤੋਂ ਬਾਅਦ। ਦਲ ਬਾਬਾ ਬਿਧੀ ਚੰਦ ਸਾਹਿਬ, ਇੱਕ ਵਾਰੀ ਦਰਬਾਰ ਲੱਗਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਘੋੜਾ ਤੇ ਬਾਜ ਤੇ ਪੁਸ਼ਾਕ ਇੱਕ ਸਿੰਘ ਨੂੰ ਦੇ ਦਿੱਤੀ, ਮੈਂ ਉਹਨਾਂ ਦਾ ਨਾਂ ਭੁੱਲ ਗਿਆ, ਲੈਣਾ ਨੀ, ਗਲਤ ਨਾ ਲਿਆ ਜਾਵੇ। ਜਦੋਂ ਸ਼ਿਕਾਰ ਲਈ ਗਏ, ਜਿਹੜਾ ਬਾਜ ਸਿੰਘ ਨੂੰ ਦਿੱਤਾ ਸੀ ਦਸਵੇਂ ਛੇਵੇਂ ਪਾਤਸ਼ਾਹ ਨੇ, ਉਹ ਬਾਜ ਉੱਡ ਗਿਆ ਤੇ ਉਹ ਪੈਂਦੇ ਖਾਂ ਦੇ ਜਵਾਈ ਅਜਮਲ ਖਾਂ ਨੇ ਫੜ ਲਿਆ। ਕਹਿੰਦੇ ਜੀ ਬਾਜ ਨੀ ਮਿਲਦਾ ਬਾਬੇ, ਕਹਿੰਦਾ ਉਹ ਕਹਿੰਦੇ ਪਤਾ ਕਰੋ, ਸਿੰਘਾਂ ਨੇ ਪਤਾ ਕੀਤਾ, ਸੂਹ ਮਿਲੀ ਜੀ, ਉਹ ਤਾਂ ਅਜਮਲ ਖਾਨ ਫੜੀ ਫਿਰਦਾ। ਪੈਂਦੇ ਖਾਂ ਨੂੰ ਕਿਹਾ ਵੀ ਬਾਜ ਲਿਆ ਕੇ ਦੇ ਬਾਬੇ, ਕਹਿੰਦਾ ਉਹ ਕਹਿੰਦਾ ਬਾਬੇ ਕਹਿੰਦਾ ਬਾਜ ਮੋੜ ਦੋ। ਪੈਂਦੇ ਖਾਂ ਦਾ ਜਵਾਈ ਕਹਿੰਦਾ ਤੇਰੀ ਕੁੜੀ ਛੱਡ ਦੂੰਗਾ ਪਰ ਮੈਂ ਬਾਜ ਨੀ ਦੇਣਾ। ਉਹ ਕਹਿੰਦਾ ਕੁੜੀ ਰੱਖ ਲਾ, ਬਾਜ ਵੀ ਰਹਿਣ ਦੇ, ਮੈਂ ਕਹਿ ਦਿੰਦਾ। ਤੇ ਉੱਥੇ ਜਾ ਕੇ ਮੁੱਕਰ ਗਿਆ ਦਰਬਾਰ ਚ। ਛੇਵੇਂ ਪਾਤਸ਼ਾਹ ਨੂੰ ਕਹਿੰਦਾ, ਪੈਂਦੇ ਖਾਂ ਕਹਿੰਦਾ ਛੇਵੇਂ ਪਾਤਸ਼ਾਹ ਨੂੰ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੁਹਾਡੇ ਸਿੱਖ ਝੂਠ ਬੋਲਦੇ ਆ, ਬਾਜ ਸਾਡੇ ਘਰੇ ਨੀ ਹੈਗਾ। ਉਹ ਕਹਿੰਦੇ ਜੀ ਹੈਗਾ, ਉਹਨਾਂ ਨੇ ਲਿਆ ਕੇ ਬਾਜ ਦਿਖਾਤਾ ਇਹਨਾਂ ਦੇ ਘਰੋਂ ਲਿਆਂਦਾ। ਪੈਂਦੇ ਖਾਂ ਗੁੱਸੇ ਚ ਆਇਆ, ਰੋਹ ਚ ਆਇਆ, ਕਹਿੰਦਾ ਸਿੱਖ ਵੀ ਝੂਠੇ, ਗੁਰੂ ਨਾਨਕ ਦਾ ਘਰ ਵੀ ਝੂਠਾ। ਤੇ ਬਾਬਾ ਬਿਧੀ ਚੰਦ ਸਾਹਿਬ ਜੀ ਦਰਬਾਰ ਚ ਉੱਠੇ, ਮਾਰ ਮਾਰ ਮੁੱਕੀਆਂ ਦਾ ਮੂੰਹ ਭੰਨਤਾ ਪੈਂਦੇ ਖਾਂ ਦਾ ਛੇਵੇਂ ਪਾਤਸ਼ਾਹ ਦੇ। ਕਹਿੰਦੇ ਘਰ ਦੀ ਤੂੰ ਬੇਅਦਬੀ ਕਿਵੇਂ ਕਰੇਗਾ, ਉਸ ਬਾਬਾ ਬਿਧੀ ਚੰਦ ਦਾ ਦਲ ਪੰਥ ਕਹੂੰਗਾ ਮੈਂ, ਜਿੱਦੇ ਮੈਨੂੰ ਕੋਈ ਸਬੂਤ ਮਿਲਿਆ ਮੈਂ ਅੰਚ ਮੰਚ ਕਹਿ ਦੂੰਗਾ। ਉਸ ਬਾਬਾ ਬਿਧੀ ਚੰਦ ਦਾ ਦਲ ਪੰਥ, ਉਹਨੇ ਤਾਂ ਇਹੀ ਕਿਹਾ ਸੀ ਗੁਰੂ ਨਾਨਕ ਦਾ ਘਰ ਝੂਠਾ, ਉਹਨੇ ਮਹਾਰਾਜ ਦੀ ਹਜ਼ੂਰੀ ਜੀ ਬੰਦਾ ਕੁੱਟਤਾ। ਪੈਂਦੇ ਖਾਂ ਜਿਹੜਾ ਦੋ ਸਾਨਾਂ ਨੂੰ ਭੇੜਦਿਆਂ ਨੂੰ ਐਂ ਕਰ ਦਿੰਦਾ ਸੀ, ਇੰਨਾ ਬਲਵਾਨ ਸੀਗਾ। ਤੇ ਇੱਥੇ ਉਹਨਾਂ ਦੀ ਮੌਜੂਦ ਸੰਪਰਦਾਵਾਂ ਦੇ ਵਿੱਚ ਲੱਖਾਂ ਹੀ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੇ ਸਰੂਪ ਨਾਲੀਆਂ 'ਚ ਸਿੱੜ ਤੇ ਹਜੇ ਤੱਕ ਉੱਠੇ ਹੀ ਨਹੀਂ, ਅਸੀਂ ਕਿਵੇਂ ਕਹਿਦਾਂਗੇ ਯਾਰ ਵੀ ਉਹਨਾਂ ਦੇ ਖੂਨ ਤੁਰੇ ਫਿਰਦੇ ਆ। ਤਰਨਾ ਦਲ ਆਉਂਦਾ ਉਸ ਤੋਂ ਬਾਅਦ, ਜਿਹਦੇ ਮੌਜੂਦਾ ਮੁਖੀ ਬਾਬਾ ਜੋਗਾ ਸਿੰਘ ਜੀ, ਬਾਬਾ ਬਕਾਲਗੇ। ਤਰਨਾ ਦਲ ਦਾ ਫਰਜ਼ ਕੀ ਸੀਗਾ, ਕਿੱਥੋਂ ਆਈ ਸੰਪਰਦਾ? ਨੌਜਵਾਨਾਂ ਨੂੰ ਭਰਤੀ ਕਰਨਾ, ਉਹਨਾਂ ਨੂੰ ਜੰਗ ਲਈ ਤਿਆਰ ਕਰਨਾ ਉਹਨਾਂ ਦਾ ਫਰਜ਼ ਸੀਗਾ। ਜਿੱਥੇ ਲੋੜ ਸੀ ਉਹ ਗਾਂਹ ਮੋਰਚਿਆਂ ਨੂੰ ਸਪਲਾਈ ਕਰਦੇ ਸੀ। ਇੰਨੇ ਸਿੰਘ ਤਿਆਰ ਹੋ ਗਏ, ਅੱਗੇ ਚੱਲੋ ਕਿੱਥੇ ਆ? ਹਰੀਆਂ ਵੇਲਾਂ ਬਾਬਾ ਨਿਹਾਲ ਸਿੰਘ ਆ ਮੁਖੀ ਉੱਥੋਂ ਦੇ, ਛੋਟੇ ਬੱਚੇ ਪੈਦਾ ਕਰਨੇ ਉਹਨਾਂ ਨੇ, ਛੋਟੀਆਂ ਵੇਲਾਂ ਹਰੀਆਂ ਕਰਨੀਆਂ। ਕਿੱਥੇ ਆ? ਪਤਾ ਹੀ ਨੀ ਕੈਨੇਡਾ ਅਮਰੀਕਾ ਕਿੱਥੇ ਲੈ ਗਏ ਜ਼ਮੀਨਾਂ ਜਾਇਦਾਦਾਂ ਤੁਹਾਡੀਆਂ। ਉਹ ਮੈਂ ਇਹਨਾਂ ਨਾਲ ਗੱਲਬਾਤ ਕੀਤੀ, ਮੈਨੂੰ ਕਹਿੰਦੇ ਉਹ ਕਹਿੰਦੇ ਇਹਨਾਂ ਜੱਟਾਂ ਨੂੰ ਤਾਂ ਜ਼ਮੀਨਾਂ ਅਸੀਂ ਲੈ ਕੇ ਦਿੱਤੀਆਂ ਸੀਗੀਆਂ ਨਿਸ਼ਾਨ ਸਾਹਿਬ ਦੇ ਥੱਲੇ, ਤੇ ਹੁਣ ਲੜਨ ਉਹਨਾਂ ਖਾਤਰ, ਤੇ ਤੁਸੀਂ ਕਲੀਅਰ ਕਰੋ ਖਾ ਤੁਸੀਂ ਦਿੱਤੀਆਂ ਸੀ ਕਿ ਇਹਨਾਂ ਨੇ ਤੁਹਾਨੂੰ ਦਿੱਤੀਆਂ? ਜੱਟਾਂ ਨੂੰ ਜ਼ਮੀਨਾਂ, ਸਿੱਖਾਂ ਨੂੰ ਜ਼ਮੀਨਾਂ ਜਾਇਦਾਦਾਂ ਉਹ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਤੀਆਂ ਸੀ, ਉਹਨਾਂ ਤੋਂ ਅੱਜ ਵੀ ਸਿਰ ਕੁਰਬਾਨ ਆ। ਉਹ ਤੁਸੀਂ ਤਾਂ ਲੈ ਗਏ ਖੋ ਕੇ ਪੰਜਾਬ ਤੋਂ ਬਾਹਰ ਲਈ ਜਾਂਦੇ ਆ, ਤੁਸੀਂ ਤਾਂ ਅਬਾਨੀ ਅਡਾਨੀ ਮੋਦੀ ਤੋਂ ਵੀ ਭੈੜੇ ਆ। ਜੇ ਨਹੀਂ ਤੇ ਆਪਦਾ ਸਟੈਂਡ ਕਲੀਅਰ ਕਰੋ, ਤੁਸੀਂ ਸਿੱਖਾਂ ਦੇ ਆ ਕੇ ਸੈਂਟਰ ਦੇ ਆ? ਦੰਦ ਮੀ ਟਕਸਾਲ
ਬਾਬਾ ਹਰਨਾਮ ਸਿੰਘ ਧੁੰਮਾ ਖਵਾਉਂਦਾ ਪੇਪਰਾਂ ਦੇ ਵਿੱਚ ਵੀ ਮੈਂ ਦਮਦਮੀ ਟਕਸਾਲ ਦਾ ਮੁਖੀ ਹਾਂ, ਜਿਨ੍ਹਾਂ ਦੇ ਮੁਖੀ ਪਹਿਲੇ ਬਾਬਾ ਦੀਪ ਸਿੰਘ ਜੀ ਹੋਏ ਆ। ਬਾਬਾ ਦੀਪ ਸਿੰਘ ਜੀ ਨੂੰ ਕੀ ਲੋੜ ਪੈ ਗਈ ਸੀ ਯਾਰ ਬੁੱਢੀ ਉਮਰੇ ਆਪਦਾ ਸਿਰ ਤਲੀ ਤੇ ਰੱਖ ਕੇ ਲੜਨ ਦੀ ਇਸ ਦਰਬਾਰ ਖਾਤਰ? ਤੇ ਦਰਬਾਰ ਦੇ ਵਿੱਚ ਕੀ ਸੀ? ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ। ਤੇ ਕਹਿੰਦੇ ਉਹਨਾਂ ਦੀ ਗੱਦੀ ਤੇ ਬੈਠੇ ਆ, ਇੰਨੇ ਸਰੂਪਾਂ ਨੂੰ ਅੱਗ ਲੱਗ ਗਈ, ਇੰਨੇ ਸਰੂਪ ਗਾਇਬ ਹੋ ਗਏ। ਉਹ ਜੇ ਹਜੇ ਤੱਕ ਬੋਲੇ ਨਹੀਂ ਤੇ ਅਸੀਂ ਕਿਵੇਂ ਕਹਿ ਦਾਂਗੇ ਇਹ ਦਮਦਮੀ ਟਕਸਾਲ ਦੇ ਮੁਖੀ ਆ, ਇਹਨਾਂ ਚ ਉਹ ਖੂਨ ਹੀ ਹੈ ਨੀ। ਗੱਲ ਆ ਗਈ ਗਿਆਨੀ ਹਰਪ੍ਰੀਤ ਸਿੰਘ ਜੀ ਤੇ, ਹੋਊਗਾ ਜਥੇਦਾਰ ਯਾਰ ਦਮਦਮਾ ਸਾਹਿਬ ਦਾ ਜੇ ਹੈਗਾ ਤਾਂ ਹੋਊਗਾ, ਡਿੱਗ ਡਿੱਗ ਗੰਭ ਪਹਾੜ ਡਿੱਗ ਪਿਆ ਜੇ ਹੈਗੇ ਆ ਤਾਂ। ਕੋਈ ਇੱਕ ਕੰਮ ਤਾਂ ਦੱਸੋ ਇਹਨਾਂ ਨੇ ਕੀਤਾ ਜਥੇਬੰਦੀ ਵਾਲਾ। ਸਾਡਾ ਜਥੇਦਾਰ ਉਹ ਹੋਊਗਾ ਜਿਹਨੇ ਸਾਨੂੰ ਅਹਿਸਾਸ ਕਰਾਤਾ ਓਏ ਸਾਡੇ ਹੁੰਦਿਆਂ ਤੁਹਾਡੀ ਹਵਾਲਣੀ ਕੋਈ ਝਾਕ ਸਕਦਾ? ਤੂੰ ਨੌਜਵਾਨ ਧੀਆਂ 20 ਸਾਲਾਂ ਦੀ ਜਾ ਇੱਥੋਂ ਤੁਰ ਕੇ ਦਿੱਲੀ ਦੀ ਲਾਲ ਕਿਲੇ ਨੂੰ ਹੱਥ ਲਾ ਕੇ ਆਉਂਦਿਆਂ ਤੱਕ ਤੇਰੀ ਅੱਖਾਂ ਤੇਰੇ ਵੱਲ ਕੋਈ ਅੱਖ ਨਹੀਂ ਚੱਕੂਗਾ। ਮੈਂ ਜਥੇਦਾਰ ਹਾਂ, ਉਹ ਸਾਡਾ ਜਥੇਦਾਰ ਹੋਊਗਾ। ਉਹ ਇੱਥੇ ਤਾਂ ਧੀ ਘਰੋਂ ਨਿਕਲ ਦੂਗੀ ਬਾਅਦ ਚਾਹੇ ਪਹਿਲੋਂ ਕੜਨੈਪ ਹੋ ਜਾਂਦੀ ਆ, ਅਸੀਂ ਇਹਨਾਂ ਪੰਜਾਬਾਂ ਵਾਲਿਆਂ ਨੂੰ ਕਿਵੇਂ ਕਹਿ ਦੇਈਏ ਸਾਡਾ ਜਥੇਦਾਰ ਆ? ਕਿਵੇਂ ਕਹਿ ਦੇਈਏ ਜਥੇਦਾਰ ਆ? ਜਥੇਦਾਰ ਐਵੇਂ ਨਹੀਂ ਬਣਦੇ, ਜਥੇਦਾਰਾਂ ਨੂੰ ਬੱਚੇ ਸ਼ਹੀਦ ਕਰਾਉਣੇ ਪੈਂਦੇ ਆ। ਜਥੇਦਾਰਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਵਾਂਗੂ ਆਪਦੇ ਬੱਚਿਆਂ ਦਾ ਕਾਲਜਾ ਕੱਢ ਕੇ ਮੂੰਹ ਚ ਪਾਉਂਦੀ ਆ ਹਕੂਮਤ। ਬੁਲਟ ਪਰੂਫ ਗੱਡੀਆਂ ਚ ਨਹੀਂ ਘੁੰਮਦੇ। ਅਸੀਂ ਕਹਿੰਦੇ ਆ ਸਾਡੇ ਜਥੇਦਾਰ ਚੌਪਰ ਰੱਖਣ, ਪ੍ਰਾਈਵੇਟ ਜੈਟ ਰੱਖਣ। ਯਾਰ ਸਾਡੀ ਸਿੱਖ ਕੌਮ ਦੇ ਮੁਖੀ ਆ ਸਾਡੇ ਜਥੇਦਾਰ ਆ, ਵੱਡੀ ਤੋਂ ਵੱਡੀ ਸਿਕਿਉਰਿਟੀ ਰਹਿਣ ਇਹਨਾਂ ਦੇ ਨਾਲ। ਟੈਂਕ ਚੱਲਣ ਜਦੋਂ ਤੁਰਦੇ ਆ ਪਤਾ ਤਾਂ ਲੱਗਿਆ ਸਿੱਖਾਂ ਦਾ ਜਥੇਦਾਰ ਆ, ਤੇ ਉਹ ਤਾਂ ਹੀ ਚੱਲਣਗੇ ਨਾ ਜੇ ਉਹਨਾਂ ਚ ਹੋਊਗਾ ਕੁਛ। ਕੱਲਾ ਬਿਆਨ ਦੇਣ ਵਾਲਾ ਜਥੇਦਾਰ ਨਹੀਂ ਹੋਣਾ ਚਾਹੀਦਾ। ਕਿੱਥੋਂ ਇਨਸਾਫ ਭਾਲਦੇ ਆ ਤੁਸੀਂ? ਜੇ ਇੱਥੇ ਬੈਠੇ ਆ ਇਹ ਕਿਸੇ ਨੂੰ ਦੁੱਖ ਨਹੀਂ ਹੈਗਾ ਇਹਨਾਂ ਨੂੰ। ਇਹ ਤਾਂ ਉਹੀ ਸੀ ਦਸਵੇਂ ਪਾਤਸ਼ਾਹ ਜਿਨ੍ਹਾਂ ਨੇ ਪੁੱਤਰਨ ਕੇਸੀ ਪਰ ਵਾਰ ਦੀ ਸੋ ਚਾਰ ਚਾਰ ਮੂਹ ਤੋਂ ਕਿਆ ਹੋਇਆ ਜੀਵਤ ਕਈ ਹਜ਼ਾਰ। ਕੋਈ ਵਾਰ ਤੂਗਾ ਕੀ ਇਹਨਾਂ ਦੇ ਬੱਚੇ ਨਹੀਂ ਹੈਗੇ? ਕਦੇ ਮੂੰਹ ਵੇਖਿਆ ਤੁਸੀਂ ਉਹਨਾਂ ਦਾ ਕਿੱਥੇ ਆ ਕਿੱਥੇ ਨਹੀਂ? ਇਹ ਇਹ ਮੇਰੀ ਸਟੇਟਮੈਂਟ ਆ, ਇਹ ਮੇਰੇ ਬਿਆਨ ਆ, ਇਹਨਾਂ ਦੇ ਪਰਿਵਾਰਾਂ ਦੇ ਨਹੀਂ। ਇਹਨਾਂ ਨਾਲ ਉਹ ਗੁੱਸੇ ਨਾ ਹੋ ਜਾਣ ਕਿਤੇ। ਭਾਈ ਅੰਮ੍ਰਿਤਪਾਲ ਸਿੰਘ ਵਾਰਸ ਪੰਜਾਬ ਦੇ ਦੁਬਈ ਤੋਂ ਆਉਂਦੇ ਆ, ਮੈਂ ਮਿਲਣ ਜਾਣਾ। ਮੈਂ ਕਿਹਾ ਉਹਨਾਂ ਨੇ ਪੁੱਛਿਆ ਵੀ ਕੀ, ਮੈਂ ਕਿਹਾ ਬਾਈ ਜੀ ਆਹ ਚੱਕਰ ਆ ਵੀ ਮੈਂ ਨਹੀਂ ਵਿਚਰਨਾ ਚਾਹੁੰਦਾ ਇਹਨਾਂ ਦੇ ਵਿੱਚ। ਉਹ ਕਹਿੰਦੇ ਵੀ ਮੈਂ ਜਾਊਂਗਾ। ਮੈਂ ਕਿਹਾ ਨੁਕਸਾਨ ਹੋਊਗਾ, ਤੇਰੇ ਨਾਲ ਨਹੀਂ ਖੜਨਾ। ਕਹਿੰਦੇ ਨਹੀਂ ਖੜਨਗੇ। ਹਰੇਕ ਮੁਖੀ ਨੂੰ ਮਿਲਣ ਗਏ ਆ ਜਥੇਬੰਦੀ ਦੇ ਨਾਲ ਲੱਗੇ, ਹਰੇਕ ਮੁਖੀ ਨਾਲ ਫੋਟੋ ਵੀਡੀਓ, ਹਰੇਕ ਮੁਖੀ ਦੇ ਪੈਰੀ ਹੱਥ ਲਾਏ ਆ, ਬਰੋਬਰ ਬੈਠੇ ਆ ਵੀ ਔਖੇ ਵੇਲੇ ਖੜਨਗੇ। ਤੇ ਜੇ ਉਹ ਸੱਚੂ ਹੀ ਖੜਨਗੇ ਨਾ, ਜੇ ਉਹ ਸੱਚੂ ਹੀ ਖੜੇ ਆ, ਤੇ ਮੈਂ ਕਹਿੰਦਾ 24 ਘੰਟਿਆਂ ਦੇ ਵਿੱਚ ਬੱਚੇ ਸਾਡੇ ਪੰਜਾਬ ਹੋਣਗੇ। ਜਿਹੜੀ ਗੌਰਮੈਂਟ ਡਿਬਰੂਗੜ੍ਹ ਜੇਲ੍ਹ ਇਹਨਾਂ 'ਚ ਬੰਦ ਕਰੀ ਬੈਠੀ ਆ ਨਾ, ਇਹਨਾਂ ਦੇ ਨਾਲ 30 ਸਿੰਘ ਹੋਰ ਆ, 50 ਹੋ ਗਏ ਹੋਣਗੇ ਟੋਟਲ। ਉਹਨਾਂ ਨੂੰ ਆਮ ਆਦਮੀ ਪਾਰਟੀ ਲਿਆ ਸਕਦੀ ਆ, ਉਹਨਾਂ ਦਾ CM ਆ। ਤੇ ਜੇ ਕਹਿ ਦੇ ਵੀ ਤੁਸੀਂ ਜਥੇਦਾਰਾਂ ਨੂੰ ਨਾ ਬੋਲੋ, ਗਿਆਨੀ ਹਰਪ੍ਰੀਤ ਸਿੰਘ ਨੂੰ ਰੋਕਿਆ ਕਿਵੇਂ? ਉਹ ਜਿਨ੍ਹਾਂ ਨੇ ਸਾਡੇ ਸਿੰਘ ਬੰਦੀ ਕਰਕੇ ਰੱਖੇ ਆ ਭੁੱਖੇ ਧਿਆਏ, ਉਹ ਉਹਨਾਂ ਦੇ ਲੀਡਰਾਂ ਦੇ ਜਿਹੜੇ ਵਿਆਹ ਅਟੈਂਡ ਕਰੀ ਜਾਂਦੇ, ਉਹਨਾਂ ਨੂੰ ਅਸੀਂ ਜਥੇਦਾਰ ਕਿਵੇਂ ਮੰਨ ਲਾਂਗੇ? ਚੱਡੇ ਦੇ ਵਿਆਹ ਤੇ ਨਹੀਂ ਗਿਆ ਗਿਆਨੀ? ਗਿਆਨੀ ਹੋਈ ਕਹਾਂਗੇ ਜੀ ਜਥੇਦਾਰ ਤਾਂ ਫਿਰ ਜਦੋਂ ਹੋਊਗਾ ਉਦੋਂ ਕਹਿ ਦਾਂਗੇ ਵੀ ਹੁਣ ਜਥੇਦਾਰ ਹੀ ਆ ਭਾਈ।
ਨਾਲ ਤੁਰਾਂਗੇ ਅਸੀਂ। ਕੁਰਬਾਨ ਹੋਣ ਵਾਲੇ ਲੱਖਾਂ ਹੀ ਸਿੰਘ ਨੇ, ਲੱਖਾਂ ਹੀ ਬੀਬੀਆਂ ਨੇ, ਨੌਜਵਾਨ ਭੈਣਾਂ ਨੇ, ਅੱਜ ਕੱਲ੍ਹ ਦੀਆਂ ਜਥੇਬੰਦੀਆਂ ਦੇ ਜਥੇਦਾਰਾਂ ਤੋਂ ਕੁਰਬਾਨ ਹੋਣ ਲਈ ਤਿਆਰ ਆ। ਉਹ ਕੋਈ ਇੱਕ ਗੁਣ ਤਾਂ ਦੱਸੋ ਇਹਨਾਂ ਦੇ ਵਿੱਚ ਜਥੇਦਾਰਾਂ ਵਾਲਾ ਹੈਗਾ। ਇਤਿਹਾਸ ਨਾ ਤੁਸੀਂ ਉਹ ਪੜ੍ਹੋ, ਜੇ ਅਸੀਂ ਕਹਿ ਦਈਏ ਯਾਰ ਕੱਲ ਦਾ ਸ਼ੋਰ ਆ ਤੂੰ, ਤੈਨੂੰ ਕੀ ਪਤਾ ਵੀ ਐਂ ਕੀਤਾ, ਅਸੀਂ ਤਾਂ ਐਂ ਕੀਤਾ, ਸਿੰਘਾਂ ਨੇ ਐਂ ਕੀਤਾ। ਜਿਹੜਾ ਕੰਮ ਮੇਰੇ ਦਾਦੇ ਨੇ ਕੀਤਾ ਸੀ ਉਹਦੇ ਪੈਸੇ ਮੇਰੇ ਪਿਓ ਨੂੰ ਨਹੀਂ ਮਿਲੇ, ਤੇ ਜਿਹੜੀਆਂ ਦਿਹਾੜੀਆਂ ਮੇਰੇ ਪਿਓ ਨੇ ਲਾਈਆਂ ਉਹਦੇ ਪੈਸੇ ਮੈਂ ਲੈਣ ਦਾ ਹੱਕਦਾਰ ਨਹੀਂ, ਤਾਂ ਨਾ ਹੀ ਮੈਨੂੰ ਕਿਹਨੇ ਦੇਣੇ ਆ। ਵੀ ਭਾਈ ਉਹਨਾਂ ਨੇ ਕੀਤਾ ਸੀ ਉਹ ਜਿਹੜਾ ਕੰਮ ਸਾਡੇ ਵੱਡੇ ਵਡੇਰੇ ਕਰ ਗਏ ਉਹਨਾਂ ਦਾ ਹੀ ਇਤਿਹਾਸ ਲਿਖਿਆ ਜਾਣਾ, ਇਹਨਾਂ ਦਾ ਨਹੀਂ ਲਿਖਿਆ ਜਾਣਾ। ਇਹ ਤਾਂ ਫਿਰ ਉੱਥੇ ਬੈਠੇ ਹੀ ਚੜ੍ਹਾਈ ਕਰ ਗਏ, ਉਹ ਭਾਵੇਂ ਸੱਚਖੰਡ ਲਿਖੀ ਜਾਣ ਤੇ ਚਾਹੇ ਸਵਰਗਵਾਸੀ ਲਿਖੀ ਜਾਣ। ਉਹ ਤਾਂ ਮੈਂ ਤਾਂ ਮਹਾਰਾਜ ਨੂੰ ਇੱਕ ਗੱਲ ਕਹਿਣਾ, ਇਹ ਤੋਂ ਬਾਅਦ ਫਤਿਹ ਪ੍ਰਵਾਨ ਕਰਿਓ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੇਸ ਹਰੇ ਕਰ ਰਹੇ ਸੀ ਧੁੱਪੇ, ਭਾਈ ਨੰਦ ਲਾਲ ਕੋਲੇ ਖੜੇ ਤੇ ਮਹਾਰਾਜ ਤਰੁੱਠੇ ਤੇ ਮਹਾਰਾਜ ਕਹਿੰਦੇ ਵੀ ਭਾਈ ਨੰਦ ਲਾਲ ਮੰਗਲਾ ਅੱਜ ਕੀ ਮੰਗਣਾ। ਉਹਨਾਂ ਨੇ ਕੁਛ ਮੰਗਿਆ, ਉਹ ਮੰਗਲਾ ਨੰਦ ਲਾਲਾ ਕੀ ਚਾਹੀਦਾ, ਮਹਾਰਾਜ ਦੇ ਦੋਗੇ? ਹਾਂਜੀ, ਜਦੋਂ ਮੇਰੀ ਮੌਤ ਹੋਵੇ ਨਾ ਤੇ ਜਦੋਂ ਮੇਰਾ ਸੰਸਕਾਰ ਕਰਨ ਲਈ ਮੈਨੂੰ ਚਿਖਾ ਤੇ ਪਾਇਆ ਤੇ ਸਾਰੇ ਬਾਜੂ ਮੰਡਲ ਦੀ ਹਵਾ ਬੰਦ ਕਰ ਦਿਓ। ਮੈਂ ਨਹੀਂ ਚਾਹੁੰਦਾ ਵੀ ਮੇਰੇ ਮਰਨ ਤੋਂ ਬਾਅਦ ਮੇਰੀ ਮਿੱਟੀ ਵੀ ਮੇਰੀ ਸਵਾਹ ਵੀ ਉੱਡ ਕੇ ਕਿਸੇ ਬਗਾਨੇ ਦਰ ਤੇ ਜਾਵੇ, ਮੈਂ ਤਾਂ ਤੇਰੇ ਦਰ ਤੇ ਹੀ ਰਹਿਣਾ ਚਾਹੁੰਦਾ। ਇਹਨਾਂ ਮੁਤਾਬਕ ਮੈਂ ਬਹੁਤ ਵੱਡਾ ਪਾਪੀ ਹਾਂ, ਮੈਂ ਸਾਧੂ ਸੰਤਾਂ ਮਹਾਂਪੁਰਖਾਂ ਬਾਰੇ ਬੋਲਦਾ, ਮੈਂ ਸੱਚ ਬੋਲਦਾ, ਮੈਂ ਇਹਨਾਂ ਤੇ ਇਲਜ਼ਾਮ ਨਹੀਂ ਲਾਉਂਦਾ। ਮੈਂ ਮਹਾਰਾਜ ਜੇ ਹਾਜ਼ਰ ਹੋਣ ਤੇ ਮੈਂ ਇੱਕੀ ਬਚਨ ਕਰਦਾ ਅਰਦਾਸ ਚ ਵੀ ਮੇਰੀ ਮੌਤ ਜਦੋਂ ਮਰਜ਼ੀ ਹੋ ਜਾਏ, ਕੋਈ ਮੇਰੇ ਵਾਸਤੇ ਚ ਨਹੀਂ ਹੈਗਾ, ਪਰ ਮੈਂ ਜਦੋਂ ਚਾਹੁੰਦਾ ਉਹ ਇਹ ਆ ਵੀ ਜਦੋਂ ਇਹ ਸਾਰੇ ਮਰਨ ਮੇਰੀ ਮੌਤ ਨਾਲ ਹੀ ਹੋ ਜਾਏ, ਭਾਵੇਂ ਕੋਈ ਵੀ ਐਕਸੀਡੈਂਟ ਹੋ ਜਾਏ, ਤੇ ਮੈਂ ਜਾ ਕੇ ਵੇਖਦਾ ਵੀ ਇਹਨਾਂ ਨੂੰ ਮਾੜਾ ਬੋਲਣ ਦੀ ਸਜ਼ਾ ਕੀ ਆ ਤੇ ਕੀ ਸੱਚੂ ਇਹਨਾਂ ਨੂੰ ਸੰਗਲ ਲੱਗਦੇ ਆ। ਉਹ ਜਿਹੜੀਆਂ ਸਾਹਿਬਜ਼ਾਦਿਆਂ ਦੀਆਂ ਗੱਦੀਆਂ ਤੇ ਤੁਹਾਨੂੰ ਭਾਇਆ ਹੋਇਆ, ਤੁਹਾਨੂੰ ਨਵਾਜਿਆ ਸਾਹਿਬਜ਼ਾਦਿਆਂ ਦੀਆਂ ਗੱਦੀਆਂ ਦੇ ਨਾਲ, ਉਹਨਾਂ ਨੂੰ ਤੁਸੀਂ ਸਰਕਾਰੀ ਬਣਾਤਾ ਤੇ ਤੁਸੀਂ ਸਾਹ ਹੀ ਨਹੀਂ ਕੱਢਿਆ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤੁਹਾਨੂੰ ਦੇ ਕੇ ਗਏ ਸੀ, ਗੁਰੂ ਮੰਨਿਓ ਗ੍ਰੰਥ, ਤੇ ਉਹਨੂੰ ਤੁਸੀਂ ਗੁਰੂ ਮੰਨਿਆ ਹੀ ਨਹੀਂ, ਤੇ ਜੇ ਮੰਨਿਆ ਹੁੰਦਾ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਇੱਥੋਂ ਇੱਥੇ ਕਿਵੇਂ ਹੋ ਜਾਂਦਾ? ਅੱਜ ਪਤਾ ਹੀ ਨਹੀਂ, ਤੁਹਾਨੂੰ ਨਹੀਂ ਪਤਾ ਦਰਬਾਰ ਸਾਹਿਬ ਦੇ ਵਿੱਚੋਂ ਕਿੰਨੇ ਸਰੂਪ ਗਾਇਬ ਹੋ ਗਏ ਤੇ ਪਏ ਕਿੱਥੇ ਆ। ਜੇ ਇੱਕ ਸਰੂਪ ਪੰਜਾਬ ਦੇ ਇੱਕ ਜ਼ਿਲ੍ਹੇ ਦੇ ਵਿੱਚ ਵੀ ਅੱਜ ਰਾਤ ਨੂੰ ਪਾੜ ਕੇ ਸਿੱਟ ਦਿੱਤਾ ਜਾਵੇ, ਉੱਥੋਂ ਸਾਂਭਿਆ ਨਹੀਂ ਜਾਣਾ, ਤੁਸੀਂ ਧਰਨੇ ਲਾਉਂਦੇ ਰਹਿ ਜਾਓਗੇ। ਅੱਜ ਮੋਗਾ, ਲੁਧਿਆਣਾ, ਅੰਮ੍ਰਿਤਸਰ, ਫਰੀਦਕੋਟ, ਫਿਰੋਜ਼ਪੁਰ, ਕਿੱਥੇ ਕਿੱਥੇ ਬੈਠੋਗੇ, ਸਿੱਖ ਹੈਗੇ ਹੀ ਨੇ। ਇਹ ਤੁਹਾਨੂੰ ਵੇਖਣਾ ਪੈਣਾ ਵੀ ਇਹ ਕਰਦੇ ਕੀ ਆ। ਜੇ ਤੁਸੀਂ ਇਹਨਾਂ ਗੱਲਾਂ 'ਤੇ ਧਿਆਨ ਨਹੀਂ ਦਿੰਦੇ ਨਾ, ਫਿਰ ਆਹ ਕੁਛ ਕਰਨ ਦੀ ਲੋੜ ਨਹੀਂ ਹੈਗੀ, ਫਿਰ ਚੀਕਾਂ ਨਾ ਮਾਰੋ, ਫਿਰ ਸਿੱਧੇ ਹੋ ਕੇ ਤੁਰੋ, ਚਾਹੇ ਸਿਰ ਲੈ ਜੇ, ਤੇ ਜੇ ਇਹਨਾਂ ਦੇ ਵਿੱਚ ਵਿਚਰਨਾ, ਇਹਨਾਂ ਨੂੰ ਸਾਰਾ ਕੁਛ ਮੰਨਣਾ, ਮੂਹਰੇ ਲਾਉਣਾ ਪੈਣਾ, ਆਓ ਬਈ ਮੂਹਰੇ। ਤੁਸੀਂ ਇੰਨੇ ਜਾਣੇ ਬੈਠੇ ਆ, ਆਪਾਂ ਸਿੱਖਾਂ ਦੇ ਬੱਚੇ ਆ, ਹੁਣ ਤੱਕ ਤੁਸੀਂ 50,000 ਰੁਪਇਆ ਮੱਥਾ ਟੇਕਤਾ ਹੋਊਗਾ ਸਾਰੇ ਪਰਿਵਾਰ ਨੇ ਦਰਬਾਰ ਸਾਹਿਬ ਜਾ ਕੇ, ਤੇ ਵੀ ਜਾਓ ਇੱਕ ਬੰਦਾ ਉੱਠ ਕੇ ਦਰਬਾਰ ਸਾਹਿਬ ਦੇ ਵਿੱਚੋਂ 100 ਦਾ ਨੋਟ ਚੱਕ ਕੇ ਲਿਆਓ, ਜੇ ਤੁਹਾਨੂੰ ਉੱਥੇ ਮਾਰ ਨਾ ਦਿੱਤਾ ਤੇ ਮੇਰਾ ਨਾਂ ਵਟਾ ਦੇ। ਕੀ ਸਾਡੀ ਜ਼ਰੂਰਤ ਨਹੀਂ ਆਪਦੇ ਪਿਓ ਦੀ ਜੇਬ ਚੋਂ ਪੈਸੇ ਕੱਢਣ ਦੀ, ਵੀ ਸਾਨੂੰ ਲੋੜ ਆ, ਅਸੀਂ ਦਿੰਦੇ ਰਹੇ ਆ। ਜੇ ਤੁਸੀਂ 50 ਦੇ ਨੋਟ ਨੂੰ ਹੱਥ ਲਾਓ, ਤੁਹਾਡੀਆਂ ਬਾਹਾਂ ਤੋੜ ਦੇਣਗੇ, ਉਹ ਸਾਰੇ ਹੀ ਗੰਢ ਬੰਨ ਕੇ ਸਣੇ ਸੋਣਾ ਘਰੇ ਲੈ ਜਾਂਦੇ ਆ, ਤੁਹਾਨੂੰ ਪਤਾ ਹੀ ਕੱਖ ਨਹੀਂ ਲੱਗਦਾ। ਮੈਂ ਚਾਹੁੰਦਾ ਸਾਡੇ ਸਾਰੇ ਗੁਰੂ ਘਰ ਪੰਜਾਬ ਇੰਡੀਆ ਲੈਵਲ ਵਰਲਡ ਦੇ ਵਿੱਚ ਜਿੰਨੇ ਆ ਸੋਨੇ ਦੇ ਹੋਣੇ ਚਾਹੀਦੇ ਆ, ਹੀਰੇ ਜੜੇ ਹੋਣ ਸਾਡੇ ਗੁਰੂ ਘਰਾਂ ਦੇ। ਸਿੱਖ ਕੌਮ ਬਹੁਤ ਮਹਾਨ ਕੌਮ ਆ।
ਪਰ ਮੈਂ ਇਹ ਨਹੀਂ ਚਾਹੁੰਦਾ ਤੁਹਾਡਾ ਚੰਮ ਲਾ ਕੇ ਬੰਨ। ਇਹ ਤਾਂ ਹੀ ਸੋਭਣਗੇ ਜੇ ਤੁਹਾਡੀਆਂ ਪੱਗਾਂ ਦਸਤਾਰਾਂ ਦਮਾਲੇ ਸਲਾਮਤ ਰਹਿਣਗੇ। ਫੈਸ਼ਨ ਚ ਨਾ ਰਹੋ ਕੱਲਾ। ਇਹਨਾਂ ਨੂੰ ਪੁੱਛੋ ਕਿੱਡੀ ਗਾਫਤ ਆ ਜੂਗੀ ਜੇ ਇੱਕ ਬੰਦੇ ਨੂੰ ਪੁੱਛ ਲਾਂਗੇ ਅਸੀਂ ਬਾਬਾ ਜੀ ਬਸ ਮਾੜਾ ਜਵਾਬ ਦੇ ਦਿਓ ਸਾਨੂੰ। ਤੇ ਜੇ ਗਾਹ ਇਤਿਹਾਸ ਪੜਨਗੇ ਨਾ ਬੱਚੇ, ਉਹ ਕਹਿਣਗੇ ਵੀ ਅੱਛਾ ਇਹੋ ਜਿਹੇ ਬੱਚੇ ਹੁੰਦੇ ਸੀ ਤੁਹਾਡੇ ਸ਼ਹੀਦ ਹੁੰਦੇ ਰਹੇ। ਜਰਨੈਲ ਜਦੋਂ ਕੋਈ ਹੋਇਆ ਉਦੋਂ ਸਮਾਂ ਦੱਸੂਗਾ, ਹਜੇ ਨਹੀਂ ਹੈਗਾ। ਇਹ ਤੁਸੀਂ ਵੇਖਣਾ ਵੀ ਆਮ ਜਿਹੜੇ ਨੌਜਵਾਨ ਹੁਣ ਜੇਲ੍ਹਾਂ ਦੇ ਵਿੱਚ ਬੰਦ ਨੇ ਉਹ ਆਪਣੇ ਆ, ਤੇ ਆਪਣਿਆਂ ਦਾ ਸਾਥ ਆਪਾਂ ਦੇਣਾ, ਇਹਨਾਂ ਨੇ ਨਹੀਂ ਦੇਣਾ। ਤੇ ਜੇ ਚਾਹੁੰਦੇ ਆ ਦੇਣ, ਕਿਸੇ ਦੇ ਵਿੱਚ ਅਣਖ ਗੈਰਤ ਸ਼ਰਮ ਹੋਈ ਵੀ ਸਾਡੇ ਸਿੱਖਾਂ ਦੇ ਬੱਚੇ ਆ, ਪਰਿਵਾਰ ਨੇ ਪਹਿਲਾਂ ਵੀ ਇਹਨਾਂ ਨੂੰ ਬੇਨਤੀ ਕੀਤੀ ਸੀ, ਓਏ ਹੁਣ ਵੀ ਬੇਨਤੀ ਭੇਜੀ ਆ, ਅਜੇ ਤੱਕ ਆਏ ਨਹੀਂ ਹੈਗੇ। ਤੇ ਜ਼ਰੂਰ ਆਉਣਗੇ, ਮੈਂ ਨਹੀਂ ਆਉਂਦਾ ਇਕੱਲਾ, ਕਿਉਂਕਿ ਇਹਨਾਂ ਦੇ ਵਿੱਚ ਕਦੇ ਇਹ ਨਾ ਹੋਵੇ ਵੀ ਉਹ ਬੈਠਾ ਉੱਥੇ। ਜੇ ਇਹ ਸਿੰਘ ਦਿਵੜੂਗੜ ਜੇਲ੍ਹ ਤੋਂ ਪੰਜਾਬ ਲਿਆਉਂਦੇ ਆ, ਬੰਦੀ ਸਿੰਘ ਭਾਈ ਜਗਤਾਰ ਸਿੰਘ ਹਵਾਰਾ ਜੀ ਹੁਣੀ ਬਾਹਰ ਆਉਂਦੇ ਆ, ਉਹ ਇਹਨਾਂ ਦਲਾਂ ਪੰਥਾਂ ਦੀ ਸ਼ਰਤ ਹੋਈ ਸਾਨੂੰ ਮਹਿਰੋਂ ਵਾਲੇ ਦਾ ਸਿਰ ਚਾਹੀਦਾ, ਉਹ ਸਿਰ ਕੁਰਬਾਨਾ ਕਰੀ ਸਿੱਧੇ ਹੋ ਗਏ, ਤੁਰਨ ਤਾਂ ਸਹੀ। ਪਰ ਮਹਾਰਾਜ ਕਿਰਪਾ ਕਰਨ, ਅਰਦਾਸ ਬੇਨਤੀ ਆ ਵੀ ਮਾੜਾ ਮੋਟਾ ਇਹਨਾਂ ਦੇ ਅੰਦਰ ਵੀ ਉਹ ਜਾਗੇ ਚਣਕ ਜਿਹੜੀ ਦਸਵੇਂ ਪਾਤਸ਼ਾਹ ਨੇ ਲਾਈ ਸੀ, ਤੇ ਫਿਰ ਤੁਹਾਨੂੰ ਸਾਰਾ ਕੁਛ ਹੀ ਮਿਲ ਜੂਗਾ, ਘਰੇ ਬੈਠਿਆਂ ਨੂੰ ਹੀ ਮਿਲ ਜੂਗਾ। ਤੇ ਫਿਰ ਤੁਹਾਡੇ ਵਿੱਚੋਂ ਜਿਹੜੇ ਨੌਜਵਾਨ ਹੈਗੇ ਆ, ਜਰਨੈਲ ਪੈਦਾ ਹੋਣਗੇ, ਬ੍ਰਹਮ ਗਿਆਨੀ ਪੈਦਾ ਹੋਣਗੇ, ਪਰ ਜਿੰਨਾ ਚਿਰ ਇਹਨਾਂ ਨੇ ਉਸ ਚੀਜ਼ ਨੂੰ ਰੋਕਤਾ, ਫਿਰ ਤੁਹਾਡਾ ਦੁਸ਼ਮਣ ਸੈਂਟਰ ਨਹੀਂ ਹੋ ਸਕਦਾ। ਤੁਹਾਡੇ ਦੁਸ਼ਮਣ ਤਾਂ ਤੁਹਾਡੇ ਪੰਜਾਬ 'ਚ ਹੀ ਬੈਠੇ ਆ, ਜਿਹੜੇ ਤੁਹਾਨੂੰ ਦੀਦੇ ਨਹੀਂ ਹਜੇ ਤੱਕ। ਇੱਕ ਵਾਰੀ ਐਨਕਾਂ ਲਾ ਕੇ ਤਾਂ ਵੇਖੋ, ਹੋ ਜਾਵੇ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।